ਸਰ ਮੇਰਾ ਨਾਮ ਜਤਿੰਦਰ ਕੌਰ ਆ, ਡੈਡੀ ਦਾ ਨਾਮ ਜਗਰਾਜ ਸਿੰਘ ਆ। ਮੇਰੇ ਭਰਾ ਜਤਿੰਦਰ ਸਿੰਘ ਨੇ ਮੇਰੇ ਡੈਡੀ ਦੀ ਹੱਤਿਆ ਲੈਣ ਦੀ ਕੋਸ਼ਿਸ਼ ਕੀਤੀ ਆ। ਕਿਹੜੇ ਇਲਾਕੇ ਦੇ ਰਹਿਣ ਵਾਲੇ? ਅਸੀਂ ਮਜੀਠੇ ਰੱਖ ਦੇ ਪਿੰਡ ਬੋੜੇ ਵਾਲਾ ਕੰਮ। ਤੇ ਕਾਰਨ ਕੀ ਸੀ? ਜਾਇਦਾਦ ਤੋਂ। ਜਾਇਦਾਦ? ਹਾਂਜੀ। ਕਿੰਨੇ ਭੈਣ ਭਰਾ ਨੇ? ਅਸੀਂ 6 ਭੈਣ ਭਰਾ ਵਾ, ਸਾਨੂੰ ਇਨਸਾਫ ਚਾਹੀਦਾ। ਜਿਹੜੇ ਮੁੰਡੇ ਨੇ ਮਾਰਿਆ ਉਹ ਵਿਆਹ ਕਿ ਕੁਆਰਾ ਹੈ? ਉਹ ਵਿਆਹਿਆ ਵਾ। ਕੋਈ ਨਸ਼ਾ ਕੀਤਾ ਸੀ? ਹਾਂਜੀ ਸਰ, ਸ਼ਰਾਬ ਪੀਂਦਾ, ਗੋਲੀਆਂ ਖਾਂਦਾ ਨਸ਼ੇ ਦੀ। ਹਾਂਜੀ, ਸ਼ਰਾਬ ਪੀਂਦਾ ਤੇ ਨਸ਼ੇ ਦੀਆਂ ਗੋਲੀਆਂ ਖਾਂਦਾ। ਫਾਦਰ ਸਾਹਿਬ ਕਿਸ ਹਾਲ ਵਿੱਚ ਗਏ? ਬਹੁਤ ਬੇਰਾਮੀ ਨਾਲ ਉਹਨਾਂ ਦੇ ਟੱਪ ਲਾ ਕੇ ਕਤਲ ਕੀਤਾ ਗਿਆ ਵਾ, ਪਰ ਅਸੀਂ ਬਚਾ ਲਿਆ ਵਾ, ਪਰ ਸਾਨੂੰ ਇਨਸਾਫ ਚਾਹੀਦਾ। ਕੋਈ ਪੁਲਿਸ ਰਿਪੋਰਟ ਕੀਤੀ ਤੁਹਾਡੇ? ਸਰ ਹਾਂਜੀ ਕੀਤੀ, ਪਰ ਸਾਡੀ ਸੁਣਵਾਈ ਨਹੀਂ ਹੋ ਰਹੀ। ਮੰਗ ਕੀ ਕਰ ਰਹੇ ਹੋ? ਮੰਗ ਕਰਦੇ ਹਾਂ ਇਨਸਾਫ ਚਾਹੀਦਾ। ਸਰ ਮੇਰਾ ਨਾਮ ਜਤਿੰਦਰ ਕੌਰ ਆ, ਡੈਡੀ ਦਾ ਨਾਮ ਜਗਰਾਜ ਸਿੰਘ ਆ। ਮੇਰੇ ਭਰਾ ਜਤਿੰਦਰ ਸਿੰਘ ਨੇ ਮੇਰੇ ਡੈਡੀ ਦੀ ਹੱਤਿਆ ਲੈਣ ਦੀ ਕੋਸ਼ਿਸ਼ ਕੀਤੀ ਆ। ਕਿਹੜੇ ਇਲਾਕੇ ਦੇ ਰਹਿਣ ਵਾਲੇ? ਅਸੀਂ ਮਜੀਠੇ ਰੱਖ ਦੇ ਪਿੰਡ ਬੋੜੇ ਵਾਲਾ ਕੰਮ। ਤੇ ਕਾਰਨ ਕੀ ਸੀ? ਜਾਇਦਾਦ ਤੋਂ। ਜਾਇਦਾਦ? ਹਾਂਜੀ। ਕਿੰਨੇ ਭੈਣ ਭਰਾ ਨੇ? ਅਸੀਂ 6 ਭੈਣ ਭਰਾ ਵਾ, ਸਾਨੂੰ ਇਨਸਾਫ ਚਾਹੀਦਾ। ਜਿਹੜੇ ਮੁੰਡੇ ਨੇ ਮਾਰਿਆ ਉਹ ਵਿਆਹ ਕਿ ਕੁਆਰਾ ਹੈ? ਉਹ ਵਿਆਹਿਆ ਵਾ। ਕੋਈ ਨਸ਼ਾ ਕੀਤਾ ਸੀ? ਹਾਂਜੀ ਸਰ, ਸ਼ਰਾਬ ਪੀਂਦਾ, ਗੋਲੀਆਂ ਖਾਂਦਾ ਨਸ਼ੇ ਦੀ। ਹਾਂਜੀ, ਸ਼ਰਾਬ ਪੀਂਦਾ ਤੇ ਨਸ਼ੇ ਦੀਆਂ ਗੋਲੀਆਂ ਖਾਂਦਾ। ਫਾਦਰ ਸਾਹਿਬ ਕਿਸ ਹਾਲ ਵਿੱਚ ਗਏ? ਬਹੁਤ ਬੇਰਾਮੀ ਨਾਲ ਉਹਨਾਂ ਦੇ ਟੱਪ ਲਾ ਕੇ ਕਤਲ ਕੀਤਾ ਗਿਆ ਵਾ, ਪਰ ਅਸੀਂ ਬਚਾ ਲਿਆ ਵਾ, ਪਰ ਸਾਨੂੰ ਇਨਸਾਫ ਚਾਹੀਦਾ। ਕੋਈ ਪੁਲਿਸ ਰਿਪੋਰਟ ਕੀਤੀ ਤੁਹਾਡੇ? ਸਰ ਹਾਂਜੀ ਕੀਤੀ, ਪਰ ਸਾਡੀ ਸੁਣਵਾਈ ਨਹੀਂ ਹੋ ਰਹੀ। ਮੰਗ ਕੀ ਕਰ ਰਹੇ ਹੋ? ਮੰਗ ਕਰਦੇ ਹਨ ਇਨਸਾਫ ਚਾਹੀਦਾ। ਹਾਂਜੀ, ਕੀ ਮਸਲਾ ਜੀ? ਅੱਜ ਇੱਥੇ ਅਮਨਦੀਪ ਹਸਪਤਾਲ ਪਹੁੰਚੇ? ਆਪਣਾ ਨਾਮ ਦੱਸ ਕੇ। ਸਰ ਮੇਰਾ ਨਾਮ ਮਨਜਿੰਦਰ ਕੌਰ ਆ। ਸਾਡੇ ਡੈਡੀ ਨੂੰ ਸਾਨੂੰ ਇਨਸਾਫ ਚਾਹੀਦਾ ਵਾ। ਮੇਰੇ ਭਰਾ ਨੇ ਮੇਰੇ ਡੈਡੀ ਨੂੰ ਬਹੁਤ ਬੇਰਹਿਮੀ ਨਾਲ ਹੱਤਿਆ ਕੀਤੀ ਆ। ਕਿਹੜੀ ਥਾਂ ਜੀ? ਬੋੜੇਵਾਲ ਕੰਗ ਪਿੰਡ। ਕਿੱਥੇ ਪੈਂਦਾ ਜੀ? ਮਜੀਠੇ ਏਰੀਏ 'ਚ। ਕਾਰਨ ਕੀ ਸੀ? ਕਾਰਨ ਸਿਰਫ ਜਾਇਦਾਦ ਤੋਂ। ਜਾਇਦਾਦ? ਹਾਂਜੀ ਸਰ। ਕਿੰਨੇ ਭੈਣ ਭਰਾ? ਅਸੀਂ 6 ਭੈਣ ਭਰਾ ਵਾਂ। ਸਰ ਪੁਲਿਸ ਕਾਰਵਾਈ ਕੀਤੀ, ਹਜੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਸਰ। ਪੁਲਿਸ ਵੱਲੋਂ ਕਿਹਾ ਗਿਆ ਕਿ ਪਰਚਾ ਡੈਡੀ ਦੇ ਬਿਆਨ ਲੈ ਚੁੱਕੇ ਆ, ਪਰ ਕੋਈ ਸੁਣਵਾਈ ਨਹੀਂ ਹੋਣ ਹੁੰਦੀ ਪਈ ਸਾਡੀ। ਮੰਗ ਕੀ ਕਰ ਰਹੇ ਹੋ? ਸਰ ਮੰਗ ਸਾਨੂੰ ਇਨਸਾਫ ਚਾਹੀਦਾ ਵਾ, ਅਸੀਂ ਸਜ਼ਾ ਕਰਾਉਣੀ ਬਸ। ਸਰ ਜਗਰਾਜ ਸਿੰਘ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਪਹਿਲਾਂ ਇਹਨਾਂ ਨੇ ਹੈਲਪਲਾਈਨ 'ਤੇ ਦਰਖਾਸਤ ਪਾਈ ਸੀਗੀ ਅਤੇ ਕਹਿੰਦੇ ਕਿ ਸੱਟ ਲਈ ਆ, ਇਹਦੇ ਬੇਟੇ ਨਾਲ ਹੀ ਝਗੜਾ ਸੀ ਆਪਣੇ ਨਾਲ ਹੀ, ਉਹ ਰਾਤ ਕਿਤੇ ਦਾਰੂ ਦੂਰੂ ਇਹਨਾਂ ਪੀਤੀ ਆਪਸ ਵਿੱਚ ਹੀ, ਅਤੇ ਮਗਰੋਂ ਇਹ ਝਗੜਕ ਪਏ ਵੀ ਘਰ ਦਾ ਥਾਂ ਵਾ 8 ਮਰਲੇ, ਅਤੇ ਉਹ ਕਹਿੰਦਾ ਮੈਨੂੰ ਅੱਧਾ ਦਿਓ, ਉਹ ਇਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਨੂੰ ਵੀ ਦੇਣਾ ਹੈ, ਅਤੇ ਇਹਨਾਂ ਨੂੰ ਦੋ ਮਰਲੇ ਜਗ੍ਹਾ ਹੁੰਦੀ ਆ, ਅਤੇ ਇਸੇ ਗੱਲ ਦਾ ਝਗੜਾ ਸੀ ਵੀ ਮੈਨੂੰ ਕਹਿੰਦਾ ਸੀ ਅੱਧਾ ਥਾਂ ਦਿਓ। ਜਗਰਾਜ ਸਿੰਘ ਦੇ 4 ਬੇਟੀਆਂ 2 ਬੇਟੇ ਆ ਜੀ, ਉਹਦੇ ਵਿੱਚ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋ ਗਈ, ਅਤੇ ਇਹਦੇ ਪਤਾ ਨਹੀਂ ਕਿਵੇਂ ਕਿਤੇ ਦਾਰੂ ਜ਼ਿਆਦਾ ਪੀਤੀ ਸੀ ਅਤੇ ਡਿੱਗ ਪਿਆ, ਕਿਤੇ ਮੰਜੇ 'ਤੇ ਪਾਵੇ ਅਤੇ ਡਿੱਗਾ, ਕਿਤੇ ਸਿਰ ਵੱਜ ਗਿਆ, ਅਤੇ ਉਹ ਇਹਨਾਂ ਨੇ ਬਾਅਦ 'ਚ ਇੱਕ ਹੈਲਪਲਾਈਨ 'ਤੇ ਦਰਖਾਸਤ ਪਾ ਦਿੱਤੀ ਹੈ। ਅਤੇ ਜਿਹੜਾ ਮੁੰਡਾ ਵਾ ਆਪਣੇ ਜਤਿੰਦਰ ਸਿੰਘ ਗੋਲਡੀ ਦੇ ਨਾਲ ਹੀ ਆਪਣੇ ਇਹਦਾ ਹੋਇਆ ਝਗੜਾ, ਗੋਲਡੀ ਦਾ ਝਗੜਾ, ਅਤੇ ਗੋਲਡੀ ਤਾਂ ਮਿਲਿਆ ਨਹੀਂ, ਮੈਂ ਕਾਫੀ ਮਤਲਬ ਪਿੰਡ 'ਚੋਂ ਜਾ ਕੇ ਵੀ ਤਸਦੀਕ ਕੀਤਾ, ਲੇਕਿਨ ਇਹਦੀ ਬੈਕਗਰਾਊਂਡ ਬਹੁਤ ਹੀ ਮਤਲਬ ਘਟੀਆ ਦੱਸੀ ਹੈ। ਇਹ ਪੇਸ਼ੇ ਤੋਂ ਆਰਮੀ ਵਿੱਚ ਹੀ, ਆਰਮੀ 'ਚੋਂ ਰਿਟਾਇਰ ਆਇਆ, ਅਤੇ ਅੱਜ ਕੱਲ੍ਹ ਮਤਲਬ ਡਰਿੰਕ ਦਾ ਜ਼ਿਆਦਾ ਸ਼ੌਕੀਨ ਹੈ, ਅਤੇ ਜਿਹੜੇ ਇਹਦੇ ਸਾਡੇ ਕਈ ਮਾਮਲੇ ਸਾਡੇ ਕੋਲ ਇੱਥੇ ਪਹਿਲਾਂ ਵੀ ਆਏ ਨੇ, ਅਤੇ ਇਹ ਮੁਲਾਜ਼ਮਾਂ ਨੂੰ ਵੀ ਬਹੁਤ ਆਪਣੇ ਬੁਰਾ ਭਾਲਾ ਬੋਲਦਾ ਮਾੜਾ ਚੰਗਾ। ਅਤੇ ਫਿਰ ਮੈਂ ਜਦੋਂ ਹੋਸਪਿਟਲ ਵੀ ਗਿਆ, ਉੱਥੇ ਇਹਦੇ ਜਿਹੜਾ ਬੇਟਾ ਸੀ ਹਰਜਿੰਦਰ ਸਿੰਘ,
ਹਰਜਿੰਦਰ ਸਿੰਘ ਇਹਦਾ ਬੇਟਾ ਸੀਗਾ, ਬੇਟੇ ਨੇ ਕਿਹਾ ਕਿ ਮੈਂ ਨਾ ਆਪਣੇ ਵੀ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਫਿਰ ਕੋਈ ਕਾਨੂੰਨੀ ਕਾਰਵਾਈ ਕਰਾਵਾਂਗੇ, ਵੀ ਕੱਲ੍ਹ ਨੂੰ ਸਾਡੇ 'ਤੇ ਨਾ ਕੋਈ ਗੱਲ ਆ ਜਾਵੇ। ਇਹਦੇ ਹੋਰ ਵੀ ਉੱਥੇ ਰਿਸ਼ਤੇਦਾਰ ਸੀ, ਇਹਦੀਆਂ ਭੈਣਾਂ ਵੀ ਸੀਗੀਆਂ ਵੀ ਹਰਜਿੰਦਰ ਸਿੰਘ ਦੀਆਂ, ਅਤੇ ਉਹਨਾਂ ਨੂੰ ਵੀ ਦੱਸਤਾ ਸੀਗਾ ਕਿ ਫਿਰ ਡਾਕਟਰ ਦੀ ਵੀ ਸਲਾਹ ਲਈ, ਉਹ ਕਹਿੰਦੇ ਫੇਟਿਆ ਜੀ, ਅਤੇ ਲੇਕਿਨ ਇਹਨਾਂ ਨੇ ਕਹਿਤਾ ਵੀ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਕਰਾਉਣੀ ਹੈ ਉਹ ਅਸੀਂ ਬਾਅਦ 'ਚ ਕਰਾਵਾਂਗੇ। ਮੈਂ ਫਿਰ ਵੀ ਮੇਰੀ ਤਸਦੀਕ ਜਾਰੀ ਆ, ਜਿਹੜੀ ਵੀ ਗੱਲਬਾਤ ਸਾਹਮਣੇ ਆਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ। ਜੋ ਤਸਦੀਕ ਕਰਨ ਦੇ ਉੱਤੇ ਪਾਇਆ ਗਿਆ ਕਿ ਇਹ ਕਾਫੀ ਲੰਬੇ ਸਮੇਂ ਤੋਂ ਮਤਲਬ ਇਹਨੂੰ ਸ਼ਰਾਬ ਦੀ ਲੱਤ ਲੱਗੀ ਹੈ, ਸ਼ਰਾਬ ਆਪਣੇ ਜ਼ਿਆਦਾ ਪੀਂਦਾ ਹੈ, ਅਤੇ ਇਹਦੀ ਘਰ ਦੀ ਵੀ ਇਹਦੇ ਮਤਲਬ ਸ਼ਰਾਬ ਦੇ ਦੁੱਖੋਂ ਹੀ ਇਹਨੂੰ ਛੱਡ ਕੇ ਚੱਲ ਗਈ ਹੈ, ਅਤੇ ਇਹਦੀ ਆਪਣੇ ਮਾਂ ਨਾਲ ਵੀ ਨਹੀਂ ਬਣਦੀ ਅਤੇ ਆਪਣੇ ਪਿਓ ਨਾਲ ਵੀ ਨਹੀਂ ਬਣਦੀ, ਅਤੇ ਇਸ ਤਰ੍ਹਾਂ ਦਾ ਇਹਦਾ ਹਾਲਾਤ ਜਿਹੜੇ ਆ ਬਹੁਤ ਹੀ ਮਾੜੇ ਆ। ਮਤਲਬ ਆਪਣੇ ਜਗਰਾਜ ਸਿੰਘ ਬਾਰੇ ਜਿਹੜੀ ਹੈ, ਮੈਂ ਸਾਰੀ ਰਿਪੋਰਟ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਵੀ ਲਿਆਂਦੀ ਗਈ ਹੈ ਜੀ, ਜੋ ਹੁਕਮ ਮਿਲੇਗਾ ਉਸ ਤਰ੍ਹਾਂ ਹੀ ਕਾਰਵਾਈ।